असि पढ़ा पवित्र बाइबल दे विच पहला करंथी है 3 बाब दी 16 आयत और फिर उदे ते विचार कर की तुसी ए नहीं जानदे जो तुसी परमेश्वर दे हैकल हो अते परमेश्वर दा आत्मा तुहाडे विच वसदा है। की तुसी ए नहीं जानदे, मेरे ध्यान करो, नहीं सुन सुन दिल करदा ते बात सुन। एक कवि सुन वाला राजे, एक बस ज्यादा नहीं, एक होवे वो भीड़ा नालों भी वध के, ते भीड़ा होण वो थोड़े नालों भी माड़े। ठीक तरीके नाल सुनो, मेरे ध्यान दे के की तुसी ये नहीं जानदे। यसू मसीह प्रभु जी जो हैकल विच गए उन्होंने तख्त पोश उल्टा दिते कि उन्हें कोरड़ा लैके रस्सी दा ते हैकल नूं साफ कीता। इतिहास विच भी लिखिया वा, इतिहास दे विच ये जिक्र कि जिहड़ी हैकल आ उहदी सफाई ਦੇਵੀਆਂ ਦੇ ਜਾਜਕਾਂ ਦੇ ਵਸੀਲੇ ਹੁੰਦੇ ਸੀ। ਚੌਥਾ, ਅਸੀਂ ਪਰਮੇਸ਼ਰ ਦੀ ਹੈਕਲ ਹਾਂ, ਅਸੀਂ ਪਰਮੇਸ਼ਰ ਦੀ ਹੈਕਲ ਹਾਂ। ਹੁਣ ਹੈਕਲ ਜਿਹੜੀ ਆ ਇਹ ਕਾਹਦੇ ਨਾਲ ਹੈਕਲ ਹੁੰਦੀ ਹੈ? ਅੱਜ ਸੁਬਾਹ ਜਦੋਂ ਮੈਂ ਧਾਰੀਵਾਲ ਚੱਲਿਆ ਤੇ ਮੈਨੂੰ ਜਿੰਨਾ ਵੀ ਵਕਤ ਮਿਲਿਆ ਇੱਥੇ ਤੱਕ ਆਉਂਦਿਆਂ ਮੈਂ ਬਾਈਬਲ ਖੋਲ ਕੇ ਪੜ੍ਹਦਾ ਰਿਹਾ, ਜ਼ਿਆਦਾ ਵਾਰੀ ਮੈਨੂੰ ਜਿੱਥੋਂ ਵੀ ਮੌਕਾ ਮਿਲਿਆ ਪੜ੍ਹਦਾ, ਜਿੰਨਾ ਵੀ ਕੰਮ ਸੀ ਇਹ ਦੁਆ ਵਿੱਚ ਸੀ। ਐਕਲ ਦੀ ਪਹਿਲੀ ਖਾਸੀਅਤ ਇਹ ਹੈ, ਹਰ ਇਨਸਾਨ ਜਿਹੜਾ ਖੁਦਾ ਦੀ ਐਕਲ ਬਣ ਰਿਹਾ, ਪਹਿਲੀ ਖਾਸੀਅਤ ਇਹ ਹੈ ਕਿ ਉਹ ਜੀਵਨ ਜਿਹੜਾ ਨਾ ਉਹਦੇ ਵਿੱਚ ਦੁਆ ਹੁੰਦੀ। ਅਤੇ ਯਿਸੂ ਮਸੀਹ ਨੇ ਵੀ ਕਿਹਾ ਪੱਤੀ 26:41 ਦੇ ਵਿੱਚ ਕੁਝ ਗੱਲਾਂ ਨੇ। ਪਹਿਲੀ ਗੱਲ ਜਾਣਦੇ ਰਹੋ, ਦੂਜੀ ਗੱਲ, ਤੀਜੀ ਗੱਲ, ਚੌਥੀ ਗੱਲ ਆਤਮਾ ਦੇ ਧਿਆਨ, ਤੇ ਪੰਜਵੀਂ ਗੱਲ ਉਹਦੇ ਵਿੱਚ ਪਹਿਲੀ ਗੱਲ ਕੀ ਹੈ ਕਿ ਦੁਆ ਜਾਣਦੇ ਰਹੋ, ਤੇ ਦੂਜੀ ਗੱਲ ਕੀ ਹੈ ਦੁਆ ਕਰ। ਫਿਰ ਨਿਤ ਪ੍ਰਾਰਥਨਾ ਕਰੋ, ਇਹ ਵੀ ਖੁਦਾ ਦਾ ਕਲਾਮ ਦਾ ਸੀ। ਬੋਲੋ, ਅਸੀਂ ਪਰਮੇਸ਼ਰ ਦੀ ਹੈਕਲ ਹਾਂ, ਅਸੀਂ ਪਰਮੇਸ਼ਰ ਦੀ ਹੈਕਲ ਹਾਂ। ਤੇ ਯਿਸੂ ਮਸੀਹ ਨੇ ਵੀ ਕਿਹਾ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ। ਕਿਹੜਾ ਘਰ? ਪ੍ਰਾਰਥਨਾ ਦਾ ਘਰ ਸਦਾਵੇਗਾ। ਕੀ ਤੁਹਾਡਾ ਘਰ ਜਿਹੜਾ ਵਾ ਜਿਹ 'ਚ ਤੁਸੀਂ ਰਹਿ ਰਹੇ ਹੋ, ਇਹ ਘਰ ਨੇ ਜਿਹੜੇ ਤੁਹਾਡੀ ਜ਼ਿੰਦਗੀ ਆ ਜਿਹਨੂੰ ਤੁਸੀਂ ਕਿਹਾ ਕਿ ਮੈਂ ਪਰਮੇਸ਼ਰ ਦੀ ਹੈਕਲ ਹਾਂ, ਕੀ ਇਹ ਘਰ ਪ੍ਰਾਰਥਨਾ ਦਾ ਘਰ ਸਦਾਉਂਦਾ? ਜਿੰਨੀ ਵਧੀਕ ਪ੍ਰਾਰਥਨਾ ਹੋਵੇਗੀ ਓਨਾ ਹੀ ਪਰਤਾਵੇ ਤੋਂ ਬਚੇ ਰਵਾਂਗੇ। ਪ੍ਰਾਰਥਨਾ ਕਰਦੇ ਰਹੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਾਓ, ਜਾਨੀ ਪ੍ਰਾਰਥਨਾ ਹੋਵੇਗੀ ਤੇ ਪਰਤਾਵੇ ਤੋਂ ਬਚੇ ਰਹੋ। ਪ੍ਰਾਰਥਨਾ ਹੋਵੇਗੀ ਜੇ ਸੱਚੇ ਵਾਹਿਗੁਰੂ ਦਾ ਦਰਸ਼ਨ ਤੇਰੀ ਜ਼ਿੰਦਗੀ ਦੇ ਵਿੱਚ ਹੋਵੇਗਾ, ਤੇ ਤੇਰਾ ਦਿਲ ਤੇ ਤੇਰਾ ਮਨ ਤੇ ਤੇਰੀਆਂ ਇਹ ਅੱਖਾਂ ਦੁਨੀਆਂ ਦੀਆਂ ਰੰਗ ਰਲੀਆਂ ਚ ਨਹੀਂ ਲੱਗਣਗੀਆਂ। ਹਰ ਇਨਸਾਨ ਆਪਣੇ ਮਨ ਨੂੰ ਖੁਸ਼ ਕਰਕੇ ਹੀ ਖੁਸ਼ ਹੋ, ਸਹੀ ਕਿ ਗੱਲ? ਬੋਲੋ। ਯਿਸੂ ਮਸੀਹ ਨੇ ਕਿਹਾ ਸੀ ਤੂੰ ਜਿਹਨੂੰ ਪਿਆਰ ਕਰਦਾ ਵਾ ਉਹ ਮੈਨੂੰ ਦੇ। ਕੋਈ ਹੈ ਇਸ ਵਰਲਡ ਵਿੱਚ ਸਾਡੀ ਗੁਨੇਗਾਰ ਹੋਈਏ ਤੇ ਆਪਣੇ ਲਹੂ ਦਾ ਬਲੀ ਦਾਨ ਦੇਵੇ? ਹੈ ਇਸ ਜਹਾਨ ਵਿੱਚ? ਅਸੀਂ ਪਾਪੀ ਹੋਈਏ, ਗੁਨੇਗਾਰ ਹੋਈਏ, ਤੇ ਸਾਡੇ ਲਈ ਉਹ ਲਹੂ ਆਪਣਾ ਬਹਾ ਦੇਵੇ? ਹੈ ਕੋਈ ਉਹਦੇ ਨਾਲੋਂ ਵੱਧ ਕੇ? ਨਾ ਕੋਈ ਸੀ, ਨਾ ਹੈ, ਤੇ ਨਾ ਕੋਈ ਹੋ ਸਕਦਾ।
ਤੇ ਦੂਜਾ ਕਰਮ ਸਾਡੇ ਅੰਦਰ ਇਹ ਹੁੰਦਾ ਵਾ ਕਿ ਸਾਡੇ ਅੰਦਰ ਤਲੀਬ ਹੋਵੇਗੀ। ਕੀ ਹੋਵੇਗੀ? ਜਿਹੜੇ ਡੇਰੇ ਵਿੱਚ ਤੰਬੂ ਦੇ ਵਿੱਚ ਜਿਹੜੇ ਵਿਹੜੇ ਵਿੱਚ ਰਹਿੰਦੇ ਸੀ ਨਾ, ਕਿਹਦੇ ਵਿੱਚ? ਉਹਨਾਂ ਕੋਲ ਤਲੀਬ ਨਹੀਂ ਸੀ। ਕੀ ਨਹੀਂ ਸੀ? ਉਹ ਆਉਂਦੇ ਸੀ ਤੇ ਜਾਂਦੇ ਸੀ, ਉਹ ਸਿਰਫ ਇੱਕ ਸਵਾਰਥ ਤੱਕ ਸੀ। ਕੀ ਯਿਸੂ ਮਸੀਹ ਨੇ ਤੁਹਾਡੇ ਤੇ ਮੇਰੇ ਨਾਲ ਪਿਆਰ ਕੀਤਾ ਸਵਾਰਥ ਨਹੀਂ ਕੀਤਾ? ਕੋਈ ਸਵਾਰਥ ਸੀਗਾ? ਇਹ ਜਿੰਨੇ ਡੇਰੇ ਦੇ ਬਾਹਰ ਵਿਹੜੇ ਵਿੱਚ ਆ ਕੇ ਘੁੰਮ ਫਿਰ ਕੇ ਚਲੇ ਜਾਂਦੇ ਸੀ, ਇਹ ਸਭ ਸਵਾਰਥੀ ਨੇ। ਸਵਾਰਥੀ ਸੀ ਤੇ ਅੱਜ ਵੀ ਇਹ ਸਵਾਰਥ ਆ ਗਿਆ। ਕਿਹੜੇ? ਕਿਹੜੇ? ਤੇ ਸਵਾਰਥੀ ਬੰਦਗੀ, ਸਵਾਰਥੀ ਸੰਗਤੀ, ਸਵਾਰਥੀ ਦੁਆ, ਸਵਾਰਥੀ ਰੋਜ਼ਾ, ਇਹਦਾ ਕੌਡੀ ਵੀ ਫਾਇਦਾ। ਇਸ ਕਰਕੇ ਜਦੋਂ ਸਾਨੂੰ ਤਾਲੀਮ ਲੈਣੀ ਚੰਗੀ ਨਹੀਂ ਲੱਗਦੀ ਤੇ ਅਸੀਂ ਖੁਦਾ ਦਾ ਘਰ ਨਹੀਂ ਬਣ ਸਕਦੇ। ਅਸੀਂ ਖੁਦਾ ਦਾ ਘਰ ਨਹੀਂ ਬਣ ਸਕਦੇ। ਬੱਚਾ ਸਕੂਲੇ ਜਿਹੜਾ ਤੁਹਾਡਾ ਜਾਂਦਾ, ਤੁਸੀਂ ਇਸੇ ਲਈ ਘਰ ਦੇ ਉਹਨਾਂ ਵੀ ਕੋਈ ਬਹਿਣ ਦੀ ਜਾਂਚ ਆਉਂਦੇ, ਕੋਈ ਖਲੋਣ ਦੀ ਜਾਂਚ ਆਉਂਦੇ, ਕੋਈ ਪੜ੍ਹਾਈ, ਕੋਈ ਤਲੀਮ, ਕੋਈ ਚੰਗੀ ਗੱਲ ਜਿਹੜੀ ਇਹਦੇ ਵਿੱਚ ਹੋਵੇ, ਪੈਦਾ ਹੋਵੇ ਤੇ ਵਕਤ ਆਉਣ ਤੇ ਕਿਤੇ ਚੰਗੀ ਨੌਕਰੀ ਤਾਂ ਲੱਗਦੀ। ਇਸੇ ਲਈ ਸਕੂਲ ਘੱਲੀ ਦਾ ਨਾ। ਇਸੇ ਤਰ੍ਹਾਂ ਖੁਦਾ ਦੀ ਸੰਗਤ ਹੁੰਦੀ ਹੈ ਤੁਹਾਡੀ ਤੇ ਮੇਰੀ ਜ਼ਿੰਦਗੀ ਹੈ। ਜਿੰਨੀ ਦੇਰ ਪਰਮੇਸ਼ਰ ਨੂੰ ਸਾਡੇ ਅੰਦਰ ਤਲੀਮ ਦੀਆਂ ਗੱਲਾਂ, ਤਲੀਮ ਦੇ ਕੰਮ ਨਜ਼ਰ ਨਾਲ ਨਾ ਆਏ, ਕਦੀ ਦੁਆ ਵੀ ਤੁਹਾਡੀ ਜਿਹੜੀ ਤੁਹਾਨੂੰ ਕਿਸੇ ਬਰਕਤ ਦਾ ਬਾਇਸ ਨਹੀਂ ਬਣ ਦੇ ਸਕਦੀ। ਬੋਲੋ ਦੁਆ ਵੀ ਤੇ ਤਲੀਮ ਨੂੰ। ਦੁਆ ਵੀ ਤਲੀਮ ਨੂੰ, ਕਦੀ ਦੁਆ ਵੀ ਤਲੀਮ ਤੇ ਤਲੀਮ ਉਹੀ ਲੈਣਗੇ ਤੇ ਤਲੀਮ ਵਿੱਚ ਉਹੀ ਰਹਿਣਗੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਦੁਨੀਆਂ ਨਾਲੋਂ ਤੋੜ ਕੇ, ਸ਼ੈਤਾਨ ਨਾਲੋਂ ਤੋੜ ਕੇ ਤੇ ਰੱਬ ਦੀ ਹੈਕਲ ਹੋਣ ਦੇ ਲਈ ਤਿਆਰ ਕੀਤਾ। ਦੁਨੀਆਂ ਨਾਲੋਂ ਤੋੜ ਕੇ, ਸ਼ੈਤਾਨ ਨਾਲੋਂ ਤੋੜ ਕੇ ਤੇ ਰੱਬ ਦੀ ਹੈਕਲ ਬਣਨ ਦੇ ਲਈ, ਹੋਣ ਦੇ ਲਈ ਕੀ ਕੀਤਾ ਵਾ? ਤਿਆਰ ਕੀਤਾ। ਕੱਲੀ ਦੁਆ ਹੋਵੇਗੀ ਤੇ ਜੇ ਤਲੀਮ ਨਾ ਹੋਈ ਤੇ ਤੈਨੂੰ ਰੱਬ ਦੀ ਪਛਾਣ ਕਿਵੇਂ ਰਹੇਗੀ? ਬੋਲੋ ਦੁਆ ਦੇ ਨਾਲ ਬਰਕਤ ਮਿਲਦੀ। ਭੇਤ ਦੀ ਗੱਲ ਸੁਣਿਓ, ਦੁਆ ਦੇ ਨਾਲ ਕੀ ਮਿਲਦੀ ਹੈ? ਰੱਬ ਦੀ ਪਛਾਣ ਨਹੀਂ ਮਿਲਦੀ। ਰੱਬ ਦੀ ਪਛਾਣ ਤਲੀਮ ਨਾਲ ਮਿਲਦੀ, ਤਲੀਮ ਸਿੱਖਣ। ਬਰਕਤ ਉੱਤਮ ਆ ਕਿ ਤਲੀਮ ਉੱਤਮ? ਤੇ ਜੇ ਤੁਹਾਨੂੰ ਕੋਈ ਪੁੱਛ ਲਏ ਤਲੀਮ ਕਿੱਦਾਂ ਉੱਤਮ ਆ ਤੇ ਕੀ ਜਵਾਬ ਦੋ? ਜਵਾਬ ਸਾਰੇ ਨਾਵਾਂ ਵਿੱਚੋਂ ਯਿਸੂ ਮਸੀਹ ਦਾ ਨਾਮ ਇੱਕ ਤਲੀਮ ਵੀ ਹੈ। ਤੁਸੀਂ ਮੈਨੂੰ ਪੁੱਛੋ ਕਿ ਕਿੱਥੇ ਲਿਖਿਆ? ਨੀਤੀ ਵਚਨ ਪੜ੍ਹ। ਨੀਤੀ ਵਚਨ ਕਹੋ ਤਾਂ ਇਹ ਮੇਰੇ ਪੁੱਤਰ ਤੂੰ ਤਲੀਮ ਨੂੰ ਨਾ ਛੱਡ। ਲਿਖਿਆ ਨਾ ਇੱਦਾਂ ਹੀ ਸੁਣਦੇ ਹੋ, ਯਿਸੂ ਮਸੀਹ ਦਾ ਸਾਰੇ ਨਾਵਾਂ ਵਿੱਚੋਂ ਇੱਕ ਨਾਮ ਤਲੀਮ ਵੀ ਹੈ, ਇੱਕ ਨਾਮ ਉਹਦਾ ਬੁੱਧ ਵੀ ਹੈ। ਆਏ ਖੁਦਾ ਮੈਨੂੰ ਕੀ ਦੇ? ਕੀ ਦੇ? ਜਦੋਂ ਤੁਸੀਂ ਬੁੱਧ ਮੰਗਦੇ ਹੋ ਮਤਲਬ ਸਮਝ ਲਿਆ ਕਰੋ ਵੀ ਅਸੀਂ ਯਿਸੂ ਹੀ ਮੰਗਣ ਦੇ। ਜਦੋਂ ਤਲੀਮ ਵਿੱਚ ਰਹਿਣਾ ਪਸੰਦ ਕਰਦੇ ਹੋ ਸਮਝ ਲਓ ਵੀ ਅਸੀਂ ਜਦੋਂ ਤਲੀਮ ਵਿੱਚ ਰਹਿਣਾ ਪਸੰਦ ਕਰਦੇ ਤੇ ਇਹ ਸਮਝਿਆ ਕਰੋ ਵੀ ਇਹ ਉਹ ਇਨਸਾਨ ਦੀ ਨਹੀਂ ਹੈ, ਤਲੀਮ ਵੀ ਯਿਸੂ ਹੀ ਹੈ। ਹਾਲੇਲੂਯਾ। ਸਾਰੇ ਯਿਸੂ ਦੇ ਨਾਵਾਂ ਵਿੱਚੋਂ ਇੱਕ ਨਾਮ ਤਲੀਮ ਵੀ ਹੈ। ਇੱਕ ਨਾਮ ਕੀ ਹੈ? ਤਲੀਮ ਹੈ।
ਫੇਰ ਸੁਣ ਬਰਕਤ ਉਦੋਂ ਮੰਗ ਕਲੀਮ ਦੱਸੋ ਮੈਨੂੰ ਕਲੀਮ ਕਿੱਦਾਂ ਮੈਂ ਵੀ ਮੰਨ ਲਿਆ ਤੇ ਤੁਹਾਨੂੰ ਕੋਈ ਪੁੱਛੇ ਤੁਸੀਂ ਕੀ ਜਵਾਬ ਦਿਓ ਖੈਰ ਹੁਣ ਮੈਂ ਸਪਸ਼ਟ ਕਰਾਂਗਾ ਤੁਹਾਨੂੰ ਬੋਲੋ ਕਲੀ ਦੁਆਰਾ ਬਰਕਤ ਮਿਲਦੀ ਹੈ ਵਰਦਾਨ ਮਿਲਦਾ ਵਾ ਰਾਈਟ ਹੈ ਸੱਚ ਜੀ ਤੁਸੀਂ ਵੀ ਕੀ ਦਿਨ ਰਾਤ ਦੇ ਕਰਦੇ ਨੇ ਰਾਈਟ ਹੈ ਕਿ ਰੋਂਗ ਹੈ ਵਰਦਾਨ ਮਿਲਦਾ ਕਿ ਨਹੀਂ ਬਰਕਤ ਮਿਲਦੀ ਹੈ ਕਿ ਨਹੀਂ ਪ੍ਰੋਫ ਸਾਹਿਬ ਕੀ ਇਹਦਾ ਨਾਂ ਹੈ ਵੰਸ਼ ਜਸ਼ਨ ਸਿੱਧਾ ਗੁਰਿਆ ਭਰਾਵਾ ਤੂੰ ਕਿਹੜਾ ਮੇਰੇ ਅਫਸੋਸ ਦੇ ਆਇਆ ਸਹੀ ਸਲਾਮਤ ਆ ਜਾਵੇ ਮਰਿਆ ਨਹੀਂ ਗਾ ਚੱਜ ਨਾ ਮੈਂ ਇਹ ਪ੍ਰੋਫ ਟੱਗੀ ਹੈ ਤੁਹਾਡਾ ਨਿਕਾ ਜਾ ਭਰਾ ਬੈਠਾ ਤੁਹਾਡੇ ਸਭ ਛੋਟਾ ਜਿਹਾ ਪ੍ਰੋਫਟਾ ਕੜੀ ਤਾਂ ਚੱਲ ਜਾਂਦਾ ਵਾ ਛੋਟਿਆਂ ਭਰਾਵਾਂ ਕੜੀ ਨਹੀਂ ਤਾਂ ਦੇਖ ਤਾਰੇ ਨੂੰ ਜੀਵਨਾ ਵਾ ਜੇ ਕਿਹੜਾ ਮਰਿਆ ਜਿਹੜਾ ਦੁਨੀਆਂ ਕੱਟਿਆ ਅੱਛਾ ਮੈਂ ਕੀ ਪੁੱਛਣ ਦੇ ਸੀ ਦੁਆਰ ਪੁੱਛੇ ਨਾ ਬਰਕਤ ਮਿਲਦੀ ਹੈ ਕਿ ਨਹੀਂ ਵਰਦਾਨ ਮਿਲ ਜਾਂਦਾ ਕਿ ਨਹੀਂ ਬਰਕਤ ਵਰਦਾਨ ਜਾਂ ਇੱਕ ਹੀ ਗੱਲ ਹੁੰਦੀ ਇੱਕ ਹੀ ਗੱਲ ਰੱਬ ਦੀ ਪਛਾਣ ਨਹੀਂ ਮਿਲਦੀ ਕਲਾਮ ਦੀ ਹਿਕਮਤ ਨਹੀਂ ਇਹਦੇ ਨਾਲ ਮਿਲਦੀ ਕਲਾਮ ਦੀ ਹਿਕਮਤ ਰੱਬ ਦੀ ਪਛਾਣ ਤਲੀਮ ਦੇ ਵਸੀਲੇ ਮਿਲਦੀ ਕਹਿੰਦੇ ਵਸੀਲੇ ਤੇ ਮੈਂ ਬਰਕਤ ਨੂੰ ਤੇ ਵਰਦਾਨ ਨੂੰ ਉੱਤਮ ਨਹੀਂ ਸਮਝਦਾ ਮੈਂ ਤਲੀਮ ਨੂੰ ਉੱਤਮ ਸਮਝਦਾ ਪੁੱਛੋ ਫੇਰੇ ਸਪਸ਼ਟ ਕਰੋ ਵੀ ਮੈਨੂੰ ਸਵਾਲ ਕਰੋ ਵੀ ਇਹ ਚੀਜ਼ ਨੂੰ ਸਪਸ਼ਟ ਕਰੋ ਵੀ ਇਹ ਉੱਤਮ ਕਿਵੇਂ ਹੈ ਪੁੱਛੋ ਸੁਣੋ।